mind, body and spirit works as one, anything is possible. The way a country won 61 medals at Commonwealth Games. And this journey to medal is long, and yes, for this we need our mental stability, determination, focus, our family support, coach and sports physiotherapist. So this is Prableen, psychologist at Amandeep Medicity, and we have sports physiotherapist Dr. Ramandeep Kaur with us. ਮੈਮ ਜਿਹੜੀ ਰਿਕਵਰੀ ਹੁੰਦੀ ਹੈ ਐਟ ਟਾਈਮਸ, ਭਾਵੇਂ ਮਾਈਨਰ ਇੰਜਰੀ ਹੈ, ਮੇਜਰ ਦੇ ਵਿੱਚ ਤਾਂ ਟਾਈਮ ਲੱਗਦਾ ਹੀ ਹੈ, ਪਰ ਕਈ ਵਾਰੀ ਮਾਈਨਰ ਜਾਂ ਮੇਜਰ ਕੋਈ ਇੰਜਰੀ ਹੋਈ ਹੈ ਤਾਂ ਮਨੋਬਲ ਵੀ ਡਿੱਗ ਜਾਂਦਾ ਕਿ ਪਤਾ ਨਹੀਂ ਮੈਂ ਇਵਨ ਆਈ ਹੈਡ ਰੀਸੈਂਟਲੀ ਪੇਸ਼ੈਂਟ ਉੱਪਰ ਬੱਚਾ ਸੀ ਦੇਖਿਆ, ਕੱਲ੍ਹ ਪਰਸੋਂ ਦੀ ਗੱਲ ਹੈ, ਉਹ ਬੱਚੇ ਦੇ 2-3 ਦਿਨਾਂ ਤੱਕ ਉਹਨੇ ਸਟੇਟ ਲੈਵਲ 'ਤੇ ਰਿਪ੍ਰੈਜੈਂਟ ਕਰਨਾ ਸੀਗਾ ਔਰ ਉਸਨੂੰ ਬੁਖਾਰ ਹੋ ਗਿਆ, ਸੋ ਹੈ ਨਾ, ਅਤੇ ਉਹ ਬੁਖਾਰ ਦੇ ਕਾਰਨ ਹਾਲਾਂਕਿ 2 ਮਹੀਨੇ ਦਾ ਬਿਲਕੁਲ ਟਾਈਮ ਹੈ ਬਟ ਉਹ ਦੈਟ ਪਰਸਨ ਇਜ਼ ਫੀਲਿੰਗ ਲਾਈਕ ਸੋ ਵੀਕ, ਮਤਲਬ ਆਈ ਵਿਲ ਸੇ ਕਿ ਮੈਂ ਖੇਡ ਨਹੀਂ ਪਾਊਂਗਾ। ਹਾਂ, ਉਹਦੇ ਵਿੱਚ ਪੋਜ਼ਿਟਿਵ ਇਮੇਜਰੀ ਬੜੀ ਜ਼ਰੂਰੀ ਹੁੰਦੀ ਹੈ। ਬਿਲਕੁਲ, ਪੋਜ਼ਿਟਿਵ ਇਮੇਜਰੀ 'ਤੇ ਆਪਾਂ ਉਹਨਾਂ ਨੂੰ ਮੋਟੀਵੇਟ ਕਰਦੇ ਰਹਿਣਾ ਆ, ਤੁਸੀਂ ਇੱਦਾਂ ਖੇਡਣਾ ਆ, ਤੁਸੀਂ ਇੱਦਾਂ ਖੇਡੋਗੇ, ਹੈ ਨਾ, ਕਿਉਂਕਿ ਉਹ ਟਾਈਮ ਸਾਡਾ ਫਿਰ ਮੈਂਟਲ ਐਟੀਟਿਊਡ ਬਣਾਉਂਦਾ। ਬਿਲਕੁਲ, ਕਿਉਂਕਿ ਜਦੋਂ ਤੁਸੀਂ ਫੀਲਡ ਤੋਂ ਤੁਹਾਨੂੰ ਗੈਪ ਮਿਲ ਜਾਂਦਾ ਤਾਂ ਤੁਸੀਂ ਖੇਡਦੇ ਰਹਿੰਦੇ ਹੋ, ਤੁਸੀਂ ਇਨ ਟੱਚ ਰਹਿੰਦੇ ਹੋ, ਪਰ ਜਦੋਂ ਉਹ ਡਿਊਰੇਸ਼ਨ, ਜਦੋਂ ਗੈਪ ਵੱਧ ਜਾਂਦਾ ਤਾਂ ਸੈਲਫ ਡਾਊਟ ਜਿਹੜਾ ਹੈ ਉਹ ਵੱਧ ਜਾਂਦਾ ਹੈ, ਹੈ ਨਾ, ਸੈਲਫ ਡਾਊਟ ਤੁਸੀਂ ਤਰੁਜਾ ਕਰ ਲੈਂਦਾ, ਉਦੋਂ ਬਹੁਤ ਜ਼ਰੂਰੀ ਹੈ ਕਿ ਉਦੋਂ ਤੁਸੀਂ ਜਦੋਂ ਤੁਸੀਂ ਬਿਮਾਰ ਹੋ ਜਾਂ ਤੁਹਾਡਾ ਪੌਜ਼ ਚੱਲ ਰਿਹਾ ਹੋਵੇ ਕਿ ਰਿਕਵਰੀ, ਹਾਂ, ਉਦੋਂ ਤੁਸੀਂ ਐਕਚੁਅਲੀ ਆਪਣੀ ਪਲੇਅਰ ਉਹ ਦਿਖਾਉਂਦੇ ਹੋ ਕਿ ਯੈਸ, ਯੂ ਹੈਵ ਦਾ ਡਿਟਰਮੀਨੇਸ਼ਨ। ਉਹਦੇ ਵਿੱਚ ਰਿਕਵਰੀ ਪੀਰੀਅਡ ਇੰਪੋਰਟੈਂਟ ਰੱਖਦਾ ਹੈ। ਯੈਸ, ਉਹਦੇ ਵਿੱਚ ਆਪਾਂ ਰਿਕਵਰੀ ਬਹੁਤ ਇੰਪੋਰਟੈਂਟ ਹੈ ਪੀਰੀਅਡ ਲਈ, ਜਿੱਦਾਂ ਲਾਈਕ ਹੁਣ ਜਿਹੜੇ ਨੀਰਜ ਚੋਪੜਾ ਆ, ਨੀਰਜ ਚੋਪੜਾ ਉਹਨੂੰ ਇੰਜਰੀ ਹੋਈ, ਗ੍ਰੋਇਨ ਇੰਜਰੀ ਹੋਈ ਆ, ਅਤੇ ਹੁਣ ਉਹ ਕਾਮਨਵੈਲਥ 'ਚ ਰਿਪ੍ਰੈਜੈਂਟ ਨਹੀਂ ਕੀਤਾ ਹੋਇਆ। ਉਹ ਇੱਕ ਰਿਕਵਰੀ ਪੀਰੀਅਡ 'ਚ ਚੱਲ ਰਿਹਾ ਹੈ। ਇੰਜਰੀ ਹੋਈ ਆ, ਉਹਨੂੰ ਟਾਈਮ ਦਿਓ, ਇਹ ਨਾ ਹੋਵੇ ਕਿ ਰੀਕਰੰਟ ਇੰਜਰੀ ਹੋਈ ਜਾਵੇ, ਥੋੜੀ ਇੰਜਰੀ ਤੋਂ ਕੀ ਮੇਜਰ ਕੁਛ ਹੋਸਦਾ ਹੈ। ਸੈਲਫ ਇਸਟੀਮ ਤੇ ਉਹ ਚੀਜ਼ ਨਾ ਲੈ ਆ ਕੇ ਪੇਸ਼ੈਂਸ ਰੱਖਣਾ, ਬਿਕਾਜ਼ ਰਿਕਵਰੀ ਐਟ ਟਾਈਮਸ ਇਜ਼ ਲੌਂਗ, ਔਰ ਉਸ ਟਾਈਮ ਤੇ ਆਪਣੇ ਆਪ ਦੇ ਵਿੱਚ ਵੀ ਕੋਈ ਕੌਨਫੀਡੈਂਸ ਰਹਿਣਾ ਚਾਹੀਦਾ, ਰਾਈਟ, ਬਿਕਾਜ਼ ਆਪਣੀ ਜਿਹੜੀ ਆਈਡੈਂਟੀਟੀ ਹੈ ਸਿਰਫ ਵਿਨ ਜਾਂ ਲੂਜ਼ ਤੇ ਆਪਾਂ ਰੱਖ ਦਾਂਗੇ ਤਾਂ ਉਹ ਚੀਜ਼ ਸਾਨੂੰ ਮੈਟਰ ਬਹੁਤ ਇਫੈਕਟ ਕਰੋਗੀ। ਸਾਨੂੰ ਟਾਈਮ ਦਿਓ ਕਿ ਵਰਕਿੰਗ ਵੈਨ ਨੋ ਵਨ ਇਜ਼ ਅਰਾਊਂਡ, ਰੀਹੈਬਿਲਿਟੇਟ ਕਰੋ, ਰੀਐਜੂਕੇਟ ਕਰੋ, ਹੈ ਨਾ, ਸਟਰੈਂਥਨ ਕਰੋ ਮਸਲਸ ਨੂੰ। ਬਿਲਕੁਲ, ਫਲੈਕਸੀਬਿਲਿਟੀ ਟ੍ਰੇਨਿੰਗ ਹੋਵੇ, ਇੱਕ ਐਪਰੋਪ੍ਰੀਏਟ ਟ੍ਰੇਨਿੰਗ ਹੋਵੇ, ਐਪਰੋਪ੍ਰੀਏਟ ਸਰਫੇਸ ਹੋਵੇ, ਐਪਰੋਪ੍ਰੀਏਟ ਐਨਵਾਇਰਮੈਂਟ ਹੋਵੇ, ਯੈਸ, ਠੀਕ ਹੈ, ਉਹਦੇ ਨਾਲ ਇੰਜਰੀਜ਼ ਦੇ ਚਾਂਸਸ ਘੱਟ ਜਾਂਦੇ। ਹੁਣ ਜਿਹੜੇ ਯੰਗਸਟਰਸ ਅੱਗੇ ਲਈ ਖੇਲਣਗੇ, ਹੈ ਨਾ, ਉਹਨਾਂ ਦੇ ਲਈ ਤੁਹਾਡਾ ਕੀ ਐਡਵਾਈਸ ਹੋਏਗਾ ਕਿ ਕਿਉਂਕਿ ਚੋਟ ਤਾਂ ਲੱਗੂਗੀ, ਜਦੋਂ ਤੁਸੀਂ ਘਰੋਂ ਨਿਕਲੇ ਹੋ, ਆਪਣੇ ਕੰਫਰਟ ਜ਼ੋਨ 'ਚੋਂ ਨਿਕਲੇ ਹੋ, ਤਾਂ ਇਸ ਚੀਜ਼ ਲਈ ਮੈਂਟਲੀ ਪ੍ਰਿਪੇਅਰ ਹੋਣਾ ਬਹੁਤ ਜ਼ਰੂਰੀ ਹੈ। ਸੋ ਵਟ ਇਜ਼ ਯੋਰ ਐਡਵਾਈਸ ਫੋਰ ਦੈਟ? ਆਈ ਵੁੱਡ ਲਾਈਕ ਟੂ ਐਡਵਾਈਸ, ਵੈਨਐਵਰ ਯੂ ਗੋਟ ਹਰਟ ਜਾਂ ਕੋਈ ਵੀ ਇੰਜਰੀ ਹੋਵੇ, ਉਹਨੂੰ ਆਪਾਂ ਇੱਕ ਬੈਕ ਸਟੈਪ ਨਹੀਂ ਲੈਣਾ। ਬਿਲਕੁਲ, ਬਟ ਉੱਥੇ ਰਿਕਵਰੀ ਟਾਈਮ ਦਿਓ ਆਪਣੇ ਆਪ, ਥੋੜ੍ਹੀ ਦੇਰ ਲਈ ਜੱਜ ਕਰ ਲਓ ਕਿ ਮੇਰੀ ਇੰਜਰੀ ਕਿਵੇਂ ਦੀ ਆ। ਬਿਲਕੁਲ, ਫਿਜ਼ੀਓਥੈਰੇਪਿਸਟ, ਸਪੋਰਟਸ ਸਾਈਕੋਲੋਜਿਸਟ, ਮੈਡੀਕਲ ਪ੍ਰੋਫੈਸ਼ਨਲ ਸਾਰੇ ਜਿਹੜਾ ਉਹਨਾਂ ਕੋਲ ਹੈਲਪ ਲੈ ਸਕਦੇ ਕਿ ਹੁਣ ਇਹ ਤੋਂ ਕਿੱਦਾਂ ਬਾਹਰ ਆਉਣਾ। ਜੇ ਆਪਾਂ ਇਹਨੂੰ ਆਪਾਂ ਐਨਾਲਾਈਜ਼ ਕਰ ਲਾਂਗੇ ਇੱਕ ਵਾਰ, ਫਿਰ ਆਪਾਂ ਫਰਦਰ ਰੀ ਇੰਜਰੀਜ਼ ਦੇ ਚਾਂਸਸ ਘੱਟ ਹੋ ਜਾਣਗੇ। ਬਿਲਕੁਲ, ਬਹੁਤ ਜ਼ਰੂਰੀ ਹੈ, ਉਹਦੇ ਲਈ ਇੱਕ ਟਾਈਮ ਰੱਖ ਲੈਣਾ ਚਾਹੀਦਾ। ਯੈਸ, ਬਹੁਤ ਬੱਚੇ ਆਉਂਦੇ ਨੇ ਜਿਨ੍ਹਾਂ ਦੇ ਪਹਿਲਾਂ ਜਿਹੜੀਆਂ ਕੁਝ ਮਾਈਨਰ ਇੰਜਰੀਜ਼ ਹੁੰਦੀਆਂ ਤੇ ਇਗਨੋਰ, ਕਿਉਂਕਿ ਯੂਥ ਹੈ, ਆਪਾਂ ਸੋਚਦੇ ਕਿ ਕੋਈ ਗੱਲ ਨਹੀਂ, ਹਾਂ, ਐਸੀਐਲ ਇੰਜਰੀਜ਼ ਹੋ ਜਾਂਦੀਆਂ ਆ ਜਾਂ ਸ਼ੋਲਡਰ ਬਿਲਕੁਲ ਜਾ ਚੁੱਕਾ, ਬਾਅਦ ਚੋਂ ਵੱਡੀਆਂ ਹੋ ਜਾਂਦੀਆਂ, ਉਹ ਵੱਡੀਆਂ ਦਿੱਕਤਾਂ ਹੈ, ਉਹਦੇ ਵੀ ਹਾਲਾਂਕਿ ਹੋ ਜਾਣਗੀਆਂ ਪਰ ਉਹ ਜ਼ਿਆਦਾ ਟਾਈਮ ਲੱਗੂਗਾ। ਔਰ ਜਦੋਂ ਸਾਨੂੰ ਸ਼ੁਰੂਆਤ 'ਚ ਕੋਈ ਚੀਜ਼ ਪਤਾ ਲੱਗੀ ਹੈ, ਇਗਨੋਰ ਨਹੀਂ ਕਰਨਾ। ਵੈਨ ਯੂ ਹੈਵ ਅ ਬਿਗ ਗੋਲ ਨਾ, ਕਿ ਅਸੀਂ ਮੈਡਲ ਜਿੱਤਣਾ, ਤਾਂ ਫਿਰ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਵੀ ਪ੍ਰੋਪਰ ਧਿਆਨ ਰੱਖਣਾ, ਤਾਂ ਕਿ ਆਪਾਂ ਕੋਈ ਛੋਟੀ ਜੀ ਵੀ ਕਸਰ ਨਹੀਂ ਛੱਡਣੀ, ਔਰ ਹੋਰ ਵੀ ਬਹੁਤ ਢੇਰ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਲਈ ਮੈਡਲ ਜਿੱਤ ਕੇ ਦੇਸ਼ ਦਾ, ਪਰਿਵਾਰ ਦਾ ਨਾਮ ਰੋਸ਼ਨ ਕਰਨਾ। ਸੋ ਵਿਦ ਦਿਸ, ਥੈਂਕ ਯੂ, ਥੈਂਕ ਯੂ ਡਾਕਟਰ ਅਮਨਦੀਪ, ਥੈਂਕ ਯੂ।